ਸ਼ਾਨ ਪੰਜਾਬੀ ਮਾਣ ਪੰਜਾਬੀ ਉਥੋਂ ਦੇ ਉਹ ਜਾਵਣ ਜਿੱਥੇ ਜਾਣ ਪੰਜਾਬੀ ਬੜੀ ਖੁਸ਼ੀ ਹੋ ਰਹੀ ਕਿ ਅੱਜ ਸਾਡੇ ਪ੍ਰੋਗਰਾਮ ਵਿੱਚ ਖਾਸ ਮਹਿਮਾਨ ਆਏ ਨੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਦੁਨੀਆ ਭਰ ਵਿੱਚ ਜੋ ਨਸ਼ਿਆਂ ਦੀ ਲੱਤ ਹੈ ਇਹ ਬਹੁਤ ਭਾਰੂ ਹੋ ਚੁੱਕੀ ਹੈ ਹਰ ਸਮਾਜ ਵਿੱਚ, ਹਰ ਦੇਸ਼ ਵਿੱਚ, ਹਰ ਵਰਗ ਵਿੱਚ, ਔਰ ਖਾਸ ਕਰਕੇ ਸਾਡੇ ਪੰਜਾਬ ਵਿੱਚ। ਭਾਵੇਂ ਸਾਡੇ ਪੰਜਾਬੀ ਪੰਜਾਬ ਵਿੱਚ ਨੇ, ਭਾਵੇਂ UK ਵਿੱਚ ਨੇ, ਭਾਵੇਂ ਕੈਨੇਡਾ, ਅਮੈਰੀਕਾ, ਕਿੱਥੇ ਵੀ ਦੁਨੀਆ ਵਿੱਚ ਹਨ, ਸਾਰਿਆਂ ਨੂੰ ਜੋ ਅਡਿਕਸ਼ਨ ਹੈ ਸ਼ਰਾਬ ਦੀ, ਨਸ਼ਿਆਂ ਦੀ, ਇਹਦੀ ਬਹੁਤ ਭਾਰੀ ਸਮੱਸਿਆ ਬਣ ਚੁੱਕੀ ਹੈ। ਇਸੀ ਸਿਲਸਿਲੇ ਵਿੱਚ ਗੱਲਬਾਤ ਕਰਨਗੇ ਅੱਜ ਸਾਡੇ ਨਾਲ ਸਾਡੇ ਖਾਸ ਮਹਿਮਾਨ। ਤੁਹਾਡਾ ਪੰਜਾਬੀ ਧੜਕਣ ਵਿੱਚ ਨਿੱਘਾ ਸਵਾਗਤ। ਤੁਸੀਂ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਪਹਿਲੀ ਗੱਲ ਤਾਂ ਮੈਂ ਆਪਣੀ ਇੰਟਰੋਡਕਸ਼ਨ ਕਰੂੰਗੀ। ਮੈਂ ਡਾਕਟਰ ਕਿਰਨਜੀਤ ਸੰਧੂ, ਇਹ ਮੇਰੇ ਸਿਸਟਰ ਡਾਕਟਰ ਸ਼ਰਨਜੀਤ ਕੌਰ ਸੰਧੂ, ਮੇਰਾ ਬ੍ਰਦਰ ਹਰਸਿਮਰਨ ਸਿੰਘ ਸੰਧੂ। ਮੈਂ ਪਹਿਲਾਂ ਤੁਹਾਡਾ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਅੱਜ ਸ਼ੋਅ 'ਤੇ ਬੁਲਾਇਆ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਤੁਹਾਡੇ ਨਾਲ ਇਹ ਸਾਰੀ ਗੱਲ ਸਾਂਝੀ ਕਰ ਸਕਦੇ ਹਾਂ। ਧੰਨਵਾਦ, ਮੈਂ ਤੁਹਾਡਾ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਪ੍ਰੋਫੈਸ਼ਨਲੀ ਡਾਕਟਰ ਹੋ, ਇੰਨਾ ਰੁਝੇਵਿਆਂ ਭਰੀ ਜ਼ਿੰਦਗੀ ਹੁੰਦੀ ਇੱਕ ਡਾਕਟਰ ਦੀ, ਇੰਨਾ ਬਿਜ਼ੀ ਸਕੈਜੂਲਸ ਹੁੰਦਾ, ਸਾਰਾ ਸਮਾਂ ਕੱਢ ਕੇ ਵੀ ਤੁਸੀਂ ਜੋ ਇੱਕ ਨੇਕ ਕੰਮ ਕਰ ਰਹੇ ਹੋ, ਖਾਸ ਕਰਕੇ ਪੰਜਾਬ ਵਿੱਚ ਜਾ ਕੇ ਤੁਸੀਂ ਆਪਣੀਆਂ ਸੰਸਥਾਵਾਂ ਬਣਾਈਆਂ ਨੇ ਔਰ ਉੱਥੇ ਜਿੰਨੇ ਵੀ ਐਡਿਕਟਿਡ ਨੇ ਉਹਨਾਂ ਦੀ ਤੁਸੀਂ ਮਦਦ ਕਰ ਰਹੇ ਹੋ, ਆਪਣੀ ਸੰਸਥਾ ਬਾਰੇ ਦੱਸੋ ਕੁਛ। ਹਾਂਜੀ ਗੁਰਸ਼ਰਨ ਜੀ, ਅਸੀਂ ਐਕਚੁਲੀ ਇਹ ਕੰਮ ਸਟਾਰਟ ਕੀਤਾ ਆ 90 ਦੇ ਕਰੀਬ। ਮੈਂ ਪਹਿਲੀ ਵਾਰ ਇੰਡੀਆ ਗਈ ਸੀ ਆਪਣੇ ਮੰਮੀ ਡੈਡੀ ਨਾਲ। ਸਾਡਾ ਪਿੰਡ ਮਰਾਣਾ ਆ, ਡਿਸਟ੍ਰਿਕਟ ਤਰਨ ਤਾਰਨ ਦੇ ਵਿੱਚ ਪੈਂਦਾ ਆ। ਸਾਡੇ ਡੈਡੀ ਸਤਨਾਮ ਸਿੰਘ ਸੰਧੂ ਪਹਿਲੀ ਵਾਰ ਸਾਨੂੰ ਉੱਥੇ ਲੈ ਕੇ ਗਏ ਸੀ ਉਸ ਟਾਈਮ 'ਤੇ। ਸਟਾਰਟਿੰਗ ਤੋਂ ਹੀ ਅਸੀਂ ਹੌਲੀ ਹੌਲੀ ਪੰਜਾਬ ਜਾਣਾ, ਮਤਲਬ ਸਟਾਰਟਿੰਗ ਹੋ ਗਈ ਸੀ ਸਾਡੀ ਕਿ ਅਸੀਂ ਪੰਜਾਬ ਵਾਪਸੀ ਕਰਨੀ ਆ। ਐਂਡ ਹੌਲੀ ਹੌਲੀ ਮੈਂ ਨੋਟ ਕੀਤਾ ਕਿ ਪੰਜਾਬ ਦੇ ਵਿੱਚ ਕਾਫੀ ਇਹਨਾਂ ਗੱਲਾਂ ਦੀ ਪ੍ਰੋਬਲਮ ਆ। ਸ਼ਰਾਬ ਤੋਂ ਤਾਂ ਪਹਿਲਾਂ ਹੀ ਅਸੀਂ ਨੋਟ ਕਰਦੇ ਸੀ ਕਿ ਸਾਡੇ ਪਿੰਡ ਵਿੱਚ ਕਾਫੀ ਪ੍ਰੋਬਲਮ ਸੀ। ਜਦੋਂ ਮੈਂ ਆਪਣਾ ਮੈਡੀਕਲ ਫਿਰ ਕੰਪਲੀਟ ਕੀਤਾ, ਮੈਂ ਇਹ ਆਪਣੇ ਵੱਲੋਂ ਪਲਾਨ ਬਣਾਇਆ ਸੀ ਕਿ ਜਿਹੜੇ ਹੋਸਪਿਟਲ ਨਾਲ ਮੈਂ ਲਿੰਕ ਬਣਾਇਆ ਸੀ ਉਹਨਾਂ ਨਾਲ ਅਸੀਂ ਮੈਡੀਕਲ ਕੈਂਪ ਸਟਾਰਟ ਕਰਤੇ। ਅਤੇ ਮਰਾਣੇ ਪਿੰਡ ਵਿੱਚ ਅਸੀਂ 2013 ਤੋਂ ਲਗਾਤਾਰ ਹਰ ਸਾਲ ਕੈਂਪ ਲਾਉਂਦੇ ਆਏ ਹਾਂ। ਐਂਡ ਰੀਸੈਂਟਲੀ ਇਸੇ ਸਾਲ ਦੇ ਵਿੱਚ 2 ਮਹੀਨੇ ਪਿੱਛੋਂ ਮੈਂ ਖਾਲਸਾ ਕਾਲਜ ਦੇ ਨਾਲ ਇੱਕ ਯੂਥ ਫੋਰਮ ਸਟਾਰਟ ਕੀਤਾ ਆ, ਜਿਹੜਾ ਕਿ ਨੈਸ਼ਨਲ ਸਰਵਿਸ ਸਕੀਮ ਦੇ ਨਾਲ ਕਨੈਕਟਡ ਆ। ਇਹ ਇੱਕ ਨਵਾਂ ਪ੍ਰੋਜੈਕਟ ਅਸੀਂ ਸਟਾਰਟ ਕੀਤਾ ਆ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਹੁਣ ਇਸ ਪੁਆਇੰਟ 'ਤੇ ਆਏ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਹੌਲੀ ਹੌਲੀ ਸਾਡੇ ਨਾਲ ਲੋਕ ਤੁਰਨ ਐਂਡ ਸ਼ਰਾਬ ਐਂਡ ਨਸ਼ੇ ਦੀ ਪ੍ਰੋਬਲਮ ਨੂੰ ਹੌਲੀ ਹੌਲੀ ਅਸੀਂ ਘਟਾਈਏ। ਠੀਕ ਹੈ, ਤੁਸੀਂ ਜਦੋਂ ਪੰਜਾਬ ਵਿੱਚ ਜਾਂਦੇ ਹੋ ਕੀ ਮਹਿਸੂਸ ਕਰਦੇ ਹੋ ਕਿ ਇਹ ਸ਼ਰਾਬ ਹੈ ਜਾਂ ਸ਼ਰਾਬ ਤੋਂ ਇਲਾਵਾ ਹੋਰ ਵੀ ਨਸ਼ੇ ਬਹੁਤ ਭਾਰੂ ਹੋ ਚੁੱਕੇ ਨੇ ਸਾਡੇ ਸਮਾਜ ਵਿੱਚ? ਹਾਂਜੀ, ਨੋਟ ਕੀਤਾ ਜਾਂਦਾ ਹੈ ਕਿ ਸ਼ਰਾਬ ਤਾਂ ਹੈਗੀ ਆ, ਉਹ ਅਸੀਂ ਛੋਟੇ ਹੁੰਦਿਆਂ ਤੋਂ ਹੀ ਦੇਖਦੇ ਸੀ। ਸਾਡੇ ਘਰ 'ਚ ਅਲੱਗ ਪਿੰਡਾਂ 'ਚ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਹੀ ਸ਼ਰਾਬ ਦੀ ਪ੍ਰੋਬਲਮ ਸੀ। ਜਦੋਂ ਤੋਂ ਮੈਂ ਇੰਡੀਆ ਵਿੱਚ ਮੈਡੀਕਲ ਕੈਂਪ ਸਟਾਰਟ ਕੀਤੇ ਆ, ਨੋਟ ਕੀਤਾ ਜਾਂਦਾ ਆ ਕਿ ਮੇਨ ਚੀਜ਼ਾਂ ਜਿਹੜੇ ਮੇਨ ਨਸ਼ੇ ਨੇ, ਇੱਕ ਹੈਰੋਇਨ ਹੋ ਗਈ ਅਤੇ ਇੱਕ ਹੋ ਗਈ OPM, ਜਿਹਨੂੰ ਪੰਜਾਬ 'ਚ ਸ਼ੋਰਟ ਨਾਮ ਬੋਲਦੇ ਭੁੱਕੀ, ਐਂਡ ਸਭ ਤੋਂ ਤੀਜੀ ਜਗ੍ਹਾ 'ਤੇ ਮੇਨ ਚੀਜ਼ ਆ ਸਿੰਥੈਟਿਕ ਓਪੀਓਇਡਸ, ਜਿਹਨੂੰ ਅਸੀਂ ਨਸ਼ੇ ਦੀ ਗੋਲੀਆਂ ਵਿੱਚ, ਤੁਸੀਂ ਕੋਈ ਵੀ ਨਸ਼ੇ ਵਾਲੀ ਗੋਲੀ ਨੂੰ ਮੋਰਫੀਨ ਮੰਨ ਲਓ ਜਾਂ ਕੋਈ ਵੀ ਐਂਗਜ਼ਾਇਟੀ ਵਾਲੀ ਦਵਾ, ਜਿਹੜੇ ਬੱਚੇ ਨਸ਼ਾ ਆਪਣੇ ਆਪ ਨੂੰ ਚੜ੍ਹਾਉਣ ਵਾਸਤੇ ਲੈਂਦੇ ਨੇ, ਇਹ ਤਿੰਨੇ ਚੀਜ਼ਾਂ ਬਹੁਤ ਜ਼ਿਆਦਾ ਅਵੇਲੇਬਲ ਬਣ ਚੁੱਕੀਆਂ ਨੇ। ਕਿਉਂਕਿ ਇਹ ਜਿਹੜੇ ਬਾਰਡਰ ਟਾਊਨ ਨੇ ਨਾ, ਤਰਨ ਤਾਰਨ ਡਿਸਟ੍ਰਿਕਟ ਬਿਲਕੁਲ ਬਾਰਡਰ 'ਤੇ ਪੈਂਦਾ ਆ, ਰਾਜਸਥਾਨ ਤੋਂ ਚੀਜ਼ਾਂ ਆਉਂਦੀਆਂ ਨੇ, ਅਲੱਗ ਅਲੱਗ ਜਿਹੜੇ ਇੰਡੀਆ ਨੂੰ ਬਾਰਡਰ ਦੇਸ਼ ਕਰਦੇ ਨੇ ਨਾ, ਉਹਨਾਂ ਤੋਂ ਹੀ ਸਾਨੂੰ ਬਹੁਤ ਵੱਧ ਸਪਲਾਈ। ਪੰਜਾਬ ਪਹਿਲਾ ਪੁਆਇੰਟ ਆ ਅਤੇ ਉੱਥੇ ਸਾਰੀਆਂ ਚੀਜ਼ਾਂ ਬਹੁਤ ਅਵੇਲੇਬਲ ਹੋ ਚੁੱਕੀਆਂ ਨੇ, ਇਸ ਕਰਕੇ ਇਹ ਪ੍ਰੋਬਲਮ ਹੌਲੀ ਹੌਲੀ ਵੱਧ ਰਹੀ ਆ। ਜੀ ਹਾਂ, ਔਰ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਮੇਰਾ ਖਿਆਲ ਪਿੰਡ 'ਚ ਜਾਂ 2-3 ਪਿੰਡਾਂ 'ਚ ਇੱਕ ਅੱਧਾ ਅਮਲੀ ਹੁੰਦਾ ਸੀ, ਅਤੇ ਹੁਣ ਮੇਰੇ ਖਿਆਲ ਘਰ ਘਰ ਵਿੱਚ 2-2 ਅਮਲੀ ਹੋ ਗਏ ਪੰਜਾਬ ਵਿੱਚ ਤਾਂ। ਬਹੁਤ ਐਕਚੁਅਲੀ ਮੇਰੇ ਸਿਸਟਰ ਇਹਦੇ ਬਾਰੇ ਥੋੜ੍ਹੀ ਬਹੁਤੀ ਗੱਲ ਕਰਨਾ ਚਾਹੁੰਦੇ ਆ ਕਿ ਇੱਕ ਕਿੱਥੋਂ ਗੱਲ ਸਟਾਰਟ ਹੁੰਦੀ ਆ। ਮੰਨਦੇ ਹਾਂ ਕਿ ਨਸ਼ਾ ਅਵੇਲੇਬਲ ਆ, ਬਟ ਜੇ ਥੋੜ੍ਹਾ ਕੁ ਜਿਹਾ ਪਿੱਛੇ ਜਾਈਏ, ਸ਼ਾਇਦ ਜੇ ਅਸੀਂ ਦੇਖਦੇ ਹਾਂ ਇਕਨੋਮਿਕਲੀ ਫਾਰਮਿੰਗ ਦੇ ਵਿੱਚ ਕੀ ਇਫੈਕਟ ਹੋਇਆ ਆ, ਜੱਟਾਂ ਨੂੰ, ਕਿਸਾਨਾਂ ਨੂੰ ਕੀ ਮਹਿਸੂਸ ਹੋ ਰਿਹਾ ਆ ਕਿ ਹੌਲੀ ਹੌਲੀ ਲੋਕ ਇਸ ਪਾਸੇ ਕਿਉਂ ਜਾਂਦੇ ਆ। ਇੱਕ ਅਵੇਲੇਬਿਲਿਟੀ ਹੁੰਦੀ ਆ, ਇੱਕ ਜਨਤਾ ਜਾਂਦੀ ਕਿਉਂ ਆ, ਇਹ ਦੋ ਅਲੱਗ ਟੌਪਿਕਸ ਇਸ਼ੂਜ਼ ਨੇ, ਰਾਈਟ?
ਸੋ ਜੇ ਅਸੀਂ ਕੁਛ ਹਿਸਟਰੀ ਬਾਰੇ ਸਮਝਾਂਗੇ ਅੰਡਰਸਟੈਂਡ ਕਰਾਂਗੇ ਸੋ ਉਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਇਹਦੀਆਂ ਰੂਟਸ ਕੀ ਨੇ ਰੂਟਸ ਨੂੰ ਸਮਝਾਂਗੇ ਸੋ ਅਸੀਂ ਰੂਟਸ ਨੂੰ ਫਿਰ ਚੇਂਜ ਵੀ ਕਰ ਸਕਦੇ ਹਾਂ ਸੋ ਵਨ ਆਫ ਦੀ ਮੇਨ ਪ੍ਰੋਬਲਮਸ ਇਹ ਨੇ ਕਿ ਜਿਹੜੇ ਆਪਣੇ ਘਰ ਦੇ ਸਟਰਕਚਰਸ ਹੁੰਦੇ ਨੇ ਸੋ ਫੋਰ ਐਗਜ਼ਾਮਪਲ ਜੇ ਅਸੀਂ ਸਟਾਰਟ ਕਰੀਏ ਕਿ ਜਿਹੜੇ ਫਾਰਮਰਸ ਨੇ ਉਹਨਾਂ ਦੀ ਜਿਹੜੀ ਸੋ ਫਾਈਨੈਂਸ਼ੀਅਲ ਇੰਪੈਕਟ ਹੁੰਦੇ ਨੇ ਲਾਈਕ ਫਾਰਮਿੰਗ ਐਗਜ਼ਾਮਪਲ ਫਾਰਮਿੰਗ ਦੇ ਨੇਚਰ ਵਿੱਚ ਚੇਂਜ ਹੋਣ ਦੇ ਕਰਕੇ ਫੋਰ ਐਗਜ਼ਾਮਪਲ ਜਿਹੜੀ ਆਪਣੀ ਪੰਜਾਬ ਦੀ ਫਾਰਮਿੰਗ ਹੁੰਦੀ ਸੀਗੀ ਹੁਣ ਉਹ ਵੀ ਬਹੁਤ ਚੇਂਜ ਹੋ ਚੁੱਕੀ ਆ ਹੁਣ GMO ਫਾਰਮਿੰਗ ਇਹ ਸਾਰੇ ਬਹੁਤ ਹੀ ਜ਼ਿਆਦਾ ਇਨਫਲੂਐਂਸ਼ਲ ਹੋ ਚੁੱਕੇ ਨੇ ਉਹਦੇ ਕਰਕੇ ਫਾਰਮਰਸ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਐਕਚੁਲੀ ਕ੍ਰਾਈਸਿਸ ਵਿੱਚ ਆ ਗਈ ਆ ਸੋ ਫਾਰਮਰਸ ਲੋਨਸ ਲੈਂਦੇ ਨੇ ਫਿਰ ਲੋਨਸ ਪੇ ਆਫ ਨਹੀਂ ਕਰ ਪਾਉਂਦੇ ਔਰ ਘਰ ਦੀਆਂ ਫੈਮਿਲੀ ਸਟਰਕਚਰ ਜਿਹੜੇ ਨੇ ਉਹ ਵੀਕ ਹੁੰਦੇ ਗਏ ਕਿਉਂਕਿ ਜਿਹੜੇ ਸਟ੍ਰੈਸ ਹੁੰਦੇ ਨੇ ਘਰ ਦੇ ਵਿੱਚ ਕਮਿਊਨੀਕੇਸ਼ਨ ਨਹੀਂ ਹੁੰਦੀ ਖਾਸ ਕਰ ਸਾਡੇ ਪੰਜਾਬੀ ਕਲਚਰ ਦੇ ਵਿੱਚ ਐਕਚੁਲੀ ਓਪਨ ਕਮਿਊਨੀਕੇਸ਼ਨ ਇੰਨਾ ਵਧੀਆ ਨਹੀਂ ਹੁੰਦਾ ਘਰਾਂ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਨ ਤੋਂ ਹੈਜੀਟੇਟ ਕਰਦੇ ਹਾਂ ਸਾਡੇ ਨਾਲ ਬੱਚੇ ਕਮਿਊਨੀਕੇਸ਼ਨ ਓਪਨ ਨਹੀਂ ਰੱਖਦੇ ਕਿਉਂਕਿ ਅਸੀਂ ਉਹਨਾਂ ਨਾਲ ਇਹ ਕਮਿਊਨੀਕੇਸ਼ਨ ਖੋਲ੍ਹ ਕੇ ਨਹੀਂ ਰੱਖਦੇ ਸੋ ਦ ਥਿੰਗ ਇਜ਼ ਕਿ ਵਨ ਫਾਈਨੈਂਸ਼ੀਅਲ ਸਟ੍ਰੈਸ ਦੇ ਨਾਲ ਔਰ ਫਿਰ ਲੈਸ ਕਮਿਊਨੀਕੇਸ਼ਨ ਐਨੀਵੇ ਸਾਡੇ ਕਲਚਰ ਵਿੱਚ ਹੈ ਸੋ ਇਹਨਾਂ ਦੋਨਾਂ ਨੂੰ ਪੁੱਟ ਟੁਗੈਦਰ ਕਰਕੇ ਸੋ ਬੱਚੇ ਆਪਣੇ ਘਰਾਂ ਤੋਂ ਦੂਰ ਹੁੰਦੇ ਨੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦੋਸਤਾਂ ਦੇ ਪ੍ਰੈਸ਼ਰ ਜਿਹਨੂੰ ਅਸੀਂ ਇੱਥੇ ਕਹਿੰਦੇ ਹਾਂ ਪੀਅਰ ਪ੍ਰੈਸ਼ਰ ਪੀਅਰ ਪ੍ਰੈਸ਼ਰ ਇਜ਼ ਵਨ ਆਫ ਦ ਬਿਗੈਸਟ ਰੀਜ਼ਨਸ ਵਾਈ ਦ ਡਰੱਗ ਅਡਿਕਸ਼ਨ ਐਂਡ ਡਰੱਗ ਯੂਜ਼ ਪ੍ਰੋਬਲਮ ਹੈਜ਼ ਬਿਕਮ ਸੋ ਬਿਗ ਸਪੈਸ਼ਲੀ ਇਨ ਦ ਪੰਜਾਬ ਰੀਜਨ ਹੈਲੋ ਦਿਸ ਇਜ਼ ਪੂਜਾ ਬਤਰਾ ਐਂਡ ਯੂ ਆਰ ਵਾਚਿੰਗ ਪੰਜਾਬੀ ਧੜਕਨ ਕੀਪ ਵਾਚਿੰਗ ਵੀ ਵਿਲ ਬੀ ਬੈਕ ਪੰਜਾਬੀ ਸਟਾਈਲ ਪੀਜ਼ਾ ਖਾਣ ਨੂੰ ਜਦੋਂ ਵੀ ਦਿਲ ਕਰੇ ਤਾਂ ਇੱਕ ਨਾਮ ਯਾਦ ਰੱਖੋ ਪੀਜ਼ਾ ਸਪੈਸ਼ਲਾਈਜ਼ ਕਰਦੇ ਹਨ ਇੰਡੀਅਨ ਸਟਾਈਲ ਵੈਜੀ ਪੀਜ਼ਾ ਤੇ ਮੀਟ ਲਵਰਸ ਲਈ ਸਪੈਸ਼ਲ ਕੈਨੇਡੀਅਨ ਸਟਾਈਲ ਪੀਜ਼ਾ ਬ੍ਰੈਂਪਟਨ ਤੇ ਮਿਸਿਸਾਗਾ ਵਿੱਚ 7 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦਾ ਹੈ ਡਿਲੀਵਰੀ ਜਾਂ ਪਿਕਅਪ ਲਈ ਫੋਨ ਕਰੋ 905-792-2700 ਟਰੱਕ ਡਰਾਈਵਰ ਵੀਰਾਂ ਲਈ ਖੁਸ਼ਖਬਰੀ ਹੁਣ ਤੁਹਾਡੀ ਸੇਵਾ ਲਈ ਹਾਜ਼ਰ ਹੈ ਟਰੱਕ ਵਰਲਡ MCI ਕੈਨੇਡਾ US ਅਥਾਰਟੀਜ਼ ਅਤੇ ਪਰਮਿਟਸ ਡਰੱਗ ਐਲਕੋਹਲ ਟੈਸਟਿੰਗ ਕੰਪਨੀ ਇਨਕਾਰਪੋਰੇਟ ਰਜਿਸਟ੍ਰੇਸ਼ਨ ਕਿਊਬੈਕ ਪਰਮਿਟਸ IRP PRP ਪਲੇਟਸ ਫਿਊਲ ਟੈਕਸ ਕੈਨੇਡਾ ਅਤੇ USA 905-362-0325 Truck World MCI Criminal Real Estate Family ਤੇ Civil Litigation ਵਰਗੇ ਕਾਨੂੰਨਾਂ ਦੀ ਸਲਾਹ ਤੇ ਸਹੀ ਮਸ਼ਵਰੇ ਲਈ ਰੰਧਾਵਾ ਐਂਡ ਐਸੋਸੀਏਟਸ ਨੂੰ ਯਾਦ ਰੱਖੋ KP ਰੰਧਾਵਾ ਜਾਂ ਪੌਲ ਰੰਧਾਵਾ ਨੂੰ ਅੱਜ ਹੀ ਫੋਨ ਕਰੋ 416-740-4400 Real Estate ਦੀ ਕਿਸੇ ਵੀ ਤਰ੍ਹਾਂ ਦੀ ਡੀਲ ਵਾਸਤੇ ਹੋਮ ਲਾਈਫ ਸੁਪਰਸਟਾਰ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ To join the team, call Paul Randhawa, 416-740-4000. Kise bhi tarah di property khareedan layi ya vechan layi, ek experienced realtor di bhaal vich ho, ta ek naam hai Paul Sandhu, jo ki Remax Gold naal kam karde ne. Call karo 416-888-1012, 416-888-1012, 7160 Airport Road, Malton vich Rana Jewelers te mela laga rehnda hai. Us di wajah eh hai ki ithe 22 carat de gehne, sone de set, wanga, kangan, diamond di jewelry bahut hi vakre vakre te nave nave designs vich mildi hai. Jo vi ik baar aunda hai, baar baar aunda hai. Aaj hi pahuncho Rana Jewelers te 7160 Airport Road in Malton. Call Rajinder Manjaniya or Vinod Manjaniya 905-672-7207 ਹਾਂਜੀ ਇਨਵੈਸਟਮੈਂਟ ਦੀ ਪਲੈਨਿੰਗ ਕਰਦੇ ਪਏ ਹੋ ਤਾਂ ਸੁਣੋ ਧਿਆਨ ਨਾਲ ਰੀਮੈਕਸ ਗੋਲਡ ਦੇ ਗੋਡੀ ਖੁੰਮਣ ਦਾ ਮਿਸਿਸਾਗਾ ਵਿੱਚ ਇੱਕ ਜ਼ਬਰਦਸਤ ਪ੍ਰਾਈਮ ਲੋਕੇਸ਼ਨ ਵਿੱਚ ਇਨਵੈਸਟਮੈਂਟ ਦਾ ਧਮਾਕਾ ਪੇਸ਼ ਹੈ ਸ਼ਾਪ ਸੈਟਗਲਿੰਟਨ ਇਨ ਐਰਨ ਮਿਲਸ ਕ੍ਰੈਡਿਟ ਵੈਲੀ ਹਸਪੀਟਲ ਤੋਂ ਥੋੜਾ ਜਿਹਾ ਨੇੜੇ 200,000 ਸਕੁਆਇਰ ਫੀਟ ਤੋਂ ਵੀ ਜ਼ਿਆਦਾ ਦੀ ਅਲਟਰਾ ਮਾਡਰਨ ਰੀਟੇਲ ਤੇ ਆਫਿਸ ਸਪੇਸ ਇਜ਼ ਨਾਉ ਔਨ ਸੇਲ ਸ਼ਾਪ ਸੈਟਗਲਿੰਟਨ ਬ੍ਰਾਟ ਯੂ ਬਾਈ ਗੋਡੀ ਖੁੰਮਣ ਆਫ ਰੀਮੈਕਸ ਗੋਲਡ ਰਿਐਲਟੀ 905-673-8500 ਵੈਲਕਮ ਟੂ ਪੰਜਾਬੀ ਬਾਈ ਨੇਚਰ ਜੀ ਹਾਂ ਪੰਜਾਬੀ ਬਾਈ ਨੇਚਰ ਤੇ ਤੁਸੀਂ ਹਰ ਤਰ੍ਹਾਂ ਦੇ ਪੰਜਾਬੀ ਤੇ ਭਾਰਤੀ ਖਾਣੇ ਦਾ ਸਵਾਦ ਮਾਣ ਸਕਦੇ ਹੋ ਪੰਜਾਬੀ ਬਾਈ ਨੇਚਰ ਤੇ ਆ ਕੇ ਸਿੱਟ ਡਾਊਨ ਡਿਨਰ ਕਰੋ ਜਾਂ ਟੇਕ ਆਊਟ ਕਰੋ ਜਾਂ ਫਿਰ ਕੇਟਰਿੰਗ ਕਰਵਾਓ 905-794-4667 JK Auto Electric. Call Joga Kang at 416-741-0000. JK Auto Electric. ਦੋਸਤਾਂ ਦੇ ਪ੍ਰੈਸ਼ਰ ਦੇ ਕਰਕੇ ਬੱਚੇ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਨੇ ਔਰ ਮੋੜਾਂ ਤੇ ਉਹਨਾਂ ਦੇ ਦੋਸਤ ਖੜੇ ਹੁੰਦੇ ਨੇ ਜਿਹੜੇ ਕਿ ਆਲਰੇਡੀ ਉਹਨਾਂ ਗੱਲਾਂ ਦੇ ਵਿੱਚ ਪੈ ਚੁੱਕੇ ਹੁੰਦੇ ਨੇ ਅਗਰ ਅਸੀਂ ਆਪਣੇ ਘਰਾਂ ਦੇ ਸਟਰਕਚਰ ਜ਼ਿਆਦਾ ਮਜ਼ਬੂਤ ਜ਼ਿਆਦਾ ਸਟਰੋਂਗ ਜ਼ਿਆਦਾ ਓਪਨ ਕਮਿਊਨੀਕੇਸ਼ਨ ਵਾਲੇ ਨਾ ਬਣਾਵਾਂਗੇ ਤੇ ਅਸੀਂ ਫਿਰ ਆਪਣੇ ਹੀ ਬੱਚੇ ਉਹਨਾਂ ਦੋਸਤਾਂ ਵੱਲ ਪੁਸ਼ ਕਰਦੇ ਹਾਂ ਤੇ ਫਿਰ ਉਹ ਆਪਣੇ ਦੋਸਤਾਂ ਯਾਰਾਂ ਦੇ ਨਾਲ ਮਿਲ ਕੇ
then they're going towards these wrong in this wrong path. So I think understanding this is gal nu accept karna ke ha sade karan de vich ek sort of farming crisis vi hai, financial crisis vi develop hundi hai, aur ek psychological or depressive state in the household is also creating a lot of backlog and pushing the kids towards people that are maybe not as safe. Ek unsafe environment pinda de vich te assi almost keh sakde ha ke ghar ghar de vich ek ji zarur hai jehda ke is gal nu is wal nu tor reha hai. So we really need to resist is gal nu, but it resist kidda hona hai je assi apne gharan de vich changes liyawange. ਜਾਂ ਔਰ ਮੈਂ ਸਮਝਦਾ ਕਿ ਜਿਹੜੇ ਆਧੁਨਿਕ ਚੀਜ਼ਾਂ ਨੇ ਜਿਵੇਂ ਇੰਟਰਨੈਟ ਵਗੈਰਾ ਜਾਂ ਫਿਲਮਾਂ ਲੈ ਲਓ ਅਤੇ ਬਾਕੀ ਮੈਂ ਸਮਝਦਾ ਪੰਜਾਬ ਵਿੱਚ ਜਿਹੜੀਆਂ ਬੀਤੇ ਕੁਝ ਸਾਲਾਂ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਵਧੀਆਂ ਨੇ ਉਹਨਾਂ ਨੇ ਵੀ ਜ਼ਿਮੀਂਦਾਰਾਂ ਦੇ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਨਕਾਰਾ ਬਣਾ ਦਿੱਤਾ। ਉਹਨਾਂ ਨੇ ਤਾਂ ਇਹ ਸੋਚ ਲਿਆ ਵੀ ਦੋ ਤਿੰਨ ਚਾਰ ਖੇਤ ਜੋ ਵੀ ਹੈਗੇ ਵੇਚ ਕੇ ਮੈਂ ਤਾਂ ਆਪਣੀ ਲਾਈਫ ਕੱਢ ਦੇਣੀ ਆ ਬੜੀ ਸੋਹਣੀ। ਜੇ ਕਿਸੇ ਨੂੰ ਇੱਕ ਖੇਤ ਦਾ 1 ਕਰੋੜ ਮਿਲਦਾ ਹੈ ਤਾਂ ਉਹ ਕਹਿੰਦਾ ਮੇਰੇ ਸੋਹਣੇ 10-15 ਸਾਲ ਲੰਘ ਜਾਣੇ। ਆਈ ਥਿੰਕ ਦੈਟਸ ਅ ਬਿਗ ਪ੍ਰੋਬਲਮ ਟੂ। ਅਤੇ ਹੋਰ ਇਸ ਦੇ ਸੰਬੰਧ ਵਿੱਚ ਜਿਹੜੇ ਤੁਸੀਂ ਕੈਂਪ ਲਗਾਉਂਦੇ ਹੋ ਉਹਦੇ ਵਿੱਚ ਤੁਸੀਂ ਕੀ ਨੋਟ ਕੀਤਾ ਕਿ ਕਿੰਨੇ ਕੁ ਲੋਕ ਆਉਂਦੇ ਨੇ, ਕਿੰਨੇ ਕੁ ਉੱਥੋਂ ਮਦਦ ਲੈਂਦੇ ਨੇ, ਕੋਈ ਤੁਹਾਨੂੰ ਪੁਸ਼ ਕਰਨਾ ਪੈਂਦਾ ਜਾਂ ਵਾਲੰਟੀਅਰ ਵੀ ਆਪ ਵੀ ਆਉਂਦੇ ਨੇ? ਨਹੀਂ, ਅਸੀਂ ਜਿਹੜੇ ਮੈਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਤਰਨ ਤਾਰਨ ਦੇ ਵਿੱਚ ਬਾਬੇ ਜਗਤਾਰ ਸਿੰਘ ਦੀ ਸੇਵਾ ਦੇ ਨਾਲ ਬਣਿਆ ਹਾਂ। ਇਸ ਹੋਸਪਿਟਲ ਦੇ ਨਾਲ ਮੈਂ 4 ਸਾਲ ਤੋਂ ਲਿੰਕ ਹਾਂ। ਇਸ ਹੋਸਪਿਟਲ ਵਿੱਚ ਅਸੀਂ ਕੀ ਕਰਦੇ ਹਾਂ, ਐਂਬੂਲੈਂਸ ਭਰ ਕੇ ਦਵਾਈਆਂ ਦੇ ਨਾਲ ਨਾਲ ਫਾਰਮਾਸਿਸਟ ਲੈ ਲਏ, ਨਰਸਾਂ ਲੈ ਲਈਆਂ, ਡਾਕਟਰ ਲੈ ਲਏ। ਅਸੀਂ ਅਲੱਗ ਅਲੱਗ ਕੈਂਪਾਂ 'ਚ ਅਲੱਗ ਅਲੱਗ ਪਿੰਡਾਂ 'ਚ ਜਾਂਦੇ ਹਾਂ, ਉੱਥੇ ਕੈਂਪ ਲਾਉਂਦੇ ਹਾਂ। ਜਿਹੜਾ ਮਰਾਣਾ ਪਿੰਡ ਆ ਸਾਡਾ, ਉਹਦੇ ਵਿੱਚ ਅਸੀਂ ਇੱਕ ਰਾਤ ਪਹਿਲਾਂ ਗੁਰਦੁਆਰੇ ਦੇ ਸਪੀਕਰ 'ਤੇ ਅਨਾਊਂਸਮੈਂਟ ਕਰ ਦੇਣੀ ਆ ਕਿ ਸਾਡੇ ਇਸ ਤਰ੍ਹਾਂ ਕੈਂਪ ਲੱਗਣਾ ਆ। ਸਾਡੇ ਇੱਕ ਕੈਂਪ ਵਿੱਚ ਭਾਵੇਂ ਅਸੀਂ ਭੁੱਲਰ ਪਿੰਡ ਲਾਈਏ, ਅਲੱਗ ਅਲੱਗ ਪਿੰਡਾਂ 'ਚ ਲਾਉਂਦੇ ਹਾਂ, ਸਾਡਾ ਤਕਰੀਬਨ 300-400 ਪੇਸ਼ੈਂਟ 4-5 ਘੰਟਿਆਂ 'ਚ ਆਰਾਮ ਨਾਲ ਆ ਜਾਂਦਾ ਆ। 3 ਡਾਕਟਰ ਹੁੰਦੇ ਨੇ ਐਂਡ ਉਹਦੇ ਵਿੱਚ ਅਸੀਂ ਦਵਾਈਆਂ ਦਿੰਦੇ ਹਾਂ। ਬਟ ਸਭ ਤੋਂ ਜ਼ਿਆਦਾ ਮੈਂ ਨੋਟ, ਜਿੱਥੋਂ ਤੱਕ ਮੇਰੇ ਕੈਂਪ ਲਾਉਣ ਦਾ ਆਈਡੀਆ ਆ, ਮੈਂ ਚਾਹੁੰਦੀ ਹਾਂ ਕਿ ਐਜੂਕੇਸ਼ਨ ਹੋਵੇ। ਨੋਟ ਕੀਤਾ ਜਾਂਦਾ ਹੈ ਕਿ ਪੰਜਾਬ ਵਿੱਚ ਅਸੀਂ ਦਵਾਈਆਂ ਦੇ ਦਿੰਦੇ ਹਾਂ ਜਦੋਂ ਕਿ ਇਨਸਾਨ ਨੂੰ ਆਪਣੀ ਬਿਮਾਰੀ ਬਾਰੇ ਜ਼ਿਆਦਾ ਪਤਾ ਹੀ ਨਹੀਂ ਆ। ਤੁਸੀਂ ਥੋੜ੍ਹੀ ਬਹੁਤੀ ਵੀ ਐਕਸਪਲੇਨੇਸ਼ਨ ਕਰ ਦਿਓ ਕਿ ਤੁਸੀਂ ਹੈਰੋਇਨ ਲੈਂਦੇ ਆ, ਉਹਦਾ ਤੁਹਾਡੇ ਸਰੀਰ 'ਤੇ ਇਹ ਅਸਰ ਆ। ਜਨਤਾ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਕੇ ਬਦਲੀ ਹੁੰਦੀ ਆ। ਇਹ ਅਸੀਂ ਜਿਹੜੇ ਸਟੈਟਿਸਟਿਕਲੀ ਦੇਖਦੇ ਹਾਂ, ਸਟੱਡੀਜ਼ ਵਿੱਚ ਦਿਖਾਇਆ ਜਾਂਦਾ ਆ ਕਿ ਇਹ ਫਰਕ ਇਨਸਾਨਾਂ 'ਤੇ ਪੈਂਦਾ ਆ ਜੇ ਉਹਨਾਂ ਨੂੰ ਥੋੜ੍ਹਾ ਬਹੁਤਾ ਦੱਸਿਆ ਜਾਵੇ ਕਿ ਤੁਹਾਨੂੰ ਫਿਊਚਰ ਵਿੱਚ ਇਹ ਅਹਿਸਾਸ ਇਸ ਚੀਜ਼ ਨਾਲ ਹੋਊਗਾ, ਫਿਰ ਹੌਲੀ ਹੌਲੀ ਪੇਸ਼ੈਂਟ ਇਸ ਚੀਜ਼ ਤੋਂ ਪਿੱਛੇ ਹਟਦੇ ਨੇ। ਇਸ ਟਾਈਮ 'ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਐਂਡ ਪੰਜਾਬ ਦੇ ਥੋੜ੍ਹੇ ਬਹੁਤੇ ਜਿਹੜੇ ਮੈਡੀਕਲ ਆਪਣੇ ਔਰਗਨਾਈਜੇਸ਼ਨਸ ਬਣੇ ਨੇ, ਟਰਾਈ ਕਰ ਰਹੇ ਨੇ ਕਿ ਇੱਕ ਸਹੀ ਸਟੱਡੀ ਕੀਤੀ ਜਾਵੇ ਜਿਹਦੇ ਵਿੱਚ ਸਾਨੂੰ ਚੰਗੇ ਚੰਗੇ ਨੰਬਰਸ ਮਿਲਣ ਕਿ ਐਕਚੁਅਲੀ ਕਿੰਨੀ ਜਨਤਾ ਇਸ ਟਾਈਮ 'ਤੇ ਐਡਿਕਟਿਡ ਆ। ਜੇ ਤੁਸੀਂ ਪੂਰੇ ਇਸ ਟਾਈਮ 'ਤੇ ਐਡਿਕਟਸ ਪੰਜਾਬ ਵਿੱਚ ਲਓ ਗੁਰੂ ਸ਼ਰਮਾਨ ਜੀ, ਉਹਦੇ ਵਿੱਚ ਨੋਟ ਕੀਤਾ ਜਾਂਦਾ ਆ ਕਿ 18 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਦੈਟ 76% ਜਿਹੜੇ ਪੂਰੇ ਐਡਿਕਟਡ ਬੱਚੇ ਨੇ ਉਹਨਾਂ ਦੀ ਇਹ ਉਮਰ ਆ 18 ਤੋਂ ਲੈ ਕੇ 25। ਐਂਡ ਉਹੀ ਗੱਲ ਅਸੀਂ ਵਾਪਸੀ ਆਉਂਦੇ ਹਾਂ ਕਿ ਦੈਟਸ ਦ ਮੋਸਟ ਇਨਫਲੂਐਂਸ਼ੀਅਲ ਏਜ। ਐਗਜ਼ੈਕਟਲੀ, ਉਹ ਯੰਗ ਉਮਰ ਦੇ ਵਿੱਚ ਬੱਚੇ ਤੁਹਾਡਾ ਬੇਸ ਹੁੰਦਾ ਹੈ ਲਾਈਫ ਦਾ। ਯੈਸ, ਐਂਡ ਉਹਦੇ ਵਿੱਚ ਅਸੀਂ ਨੋਟ ਕਰ ਰਹੇ ਹਾਂ ਕਿ ਬੱਚੇ ਇਸ ਲਾਈਨ ਤੇ ਜਾ ਰਹੇ ਨੇ ਜਦੋਂ ਉਮਰ ਇੰਨੀ ਛੋਟੀ ਆ। ਜੀ ਹਾਂ, ਔਰ ਆਬਵੀਅਸਲੀ ਇਹਨਾਂ ਕੰਮਾਂ ਲਈ ਫਾਈਨੈਂਸਿਸ ਦੀ ਵੀ ਜ਼ਰੂਰਤ ਹੁੰਦੀ ਆ ਕਾਫੀ। ਤੁਸੀਂ ਵੀ ਕੰਮ ਛੱਡਦੇ ਹੋ ਉੱਥੇ, ਦਵਾਈਆਂ ਵੀ ਲੈ ਕੇ ਆਉਣੀਆਂ, ਇਹ ਕਿਵੇਂ ਚੱਲਦਾ ਹੈ? ਇਸ ਟਾਈਮ 'ਤੇ ਮੈਨੂੰ ਹੋਸਪਿਟਲ ਫੁੱਲ ਸਪੋਰਟ ਦਿੰਦਾ ਆ। ਸਾਡਾ ਸਾਰਾ ਹੁਣ ਉੱਥੇ ਤਾਂ ਬਾਬਿਆਂ ਦੀ ਸੇਵਾ ਦੇ ਉੱਤੇ ਕਾਫੀ ਪੈਸਾ ਲੋਕ ਚੜਾਉਂਦੇ ਨੇ, ਸੋ ਕੈਂਪ ਸਾਡੇ ਇਸ ਟਾਈਮ 'ਤੇ ਉਹਨਾਂ ਦੇ ਬੇਸ 'ਤੇ ਚੱਲਦੇ ਆ। ਹੁਣ ਕਿਉਂਕਿ ਅਸੀਂ ਇਹ ਮੇਰੇ ਨਾਲ ਹੁਣ ਟੀਮ ਥੋੜ੍ਹੀ ਬਹੁਤੀ ਬਣ ਰਹੀ ਆ, ਮੇਰਾ ਮੇਨ ਕਾਰਨ ਇਹ ਆ ਕਿ ਹੌਲੀ ਹੌਲੀ ਇਸ ਕੰਮ ਨੂੰ ਐਡਵਰਟਾਈਜ਼ ਕੀਤਾ ਜਾਵੇ, ਸਾਡੇ ਨਾਲ ਹੋਰ ਵਧੀਆ ਵਧੀਆ ਟੀਮ ਬਣੇ, ਅਸੀਂ ਪੰਜਾਬ ਵਾਪਸੀ ਕਰੀਏ, ਲੋਕ ਸਾਨੂੰ ਇਸ ਗੱਲ 'ਤੇ ਲਿਆਉਣ ਕਿ ਅਸੀਂ ਹੌਲੀ ਹੌਲੀ ਇਹ ਕੈਂਪ ਹੋਰ ਵਧਾ ਸਕੀਏ। ਬਹੁਤ ਖੂਬ। ਅਤੇ ਤੁਹਾਡੇ ਬ੍ਰਦਰ ਵੀ ਤੁਹਾਡੇ ਨਾਲ ਨੇ, ਤੁਸੀਂ ਦੱਸੋ ਇਸ ਸੰਸਥਾ ਨਾਲ ਜਾਂ ਇਸ ਕੰਮ ਕਾਜ ਵਿੱਚ ਤੁਹਾਡਾ ਕੀ ਰੋਲ ਹੈ? ਹਾਂਜੀ, ਜਿੱਦਾਂ ਮੇਰੀ ਭੈਣ ਆਖਦੇ ਸੀ ਕਿ ਇੱਕ ਇਨਫਲੂਐਂਸ਼ੀਅਲ ਏਜ ਹੁੰਦੀ ਆ, ਜਿੱਦਾਂ 16 ਸਾਲ ਤੋਂ ਲੈ ਕੇ 24-25 ਸਾਲ ਤੱਕ। ਆਈ ਥਿੰਕ ਕਿ ਇਸ ਏਜ ਦੇ ਵਿੱਚ ਜਿਹੜੇ ਅੱਜ ਕੱਲ੍ਹ ਇੰਡੀਆ ਦੇ ਵਿੱਚ ਫਿਟਨੈਸ ਜਿਹੜਾ ਟ੍ਰੈਂਡ ਆ ਗਿਆ, ਜਾਂ ਕਾਫੀ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇੱਕ ਹੱਦ ਤੱਕ ਆ ਗਿਆ ਆ, ਬਟ we need a little bit more of a push. That's right. ਜਦੋਂ ਮੈਂ ਹੁਣ ਡੇਲੀ ਜਿਮ ਜਾਂਦਾ, ਮੇਰਾ ਇੱਕ ਰੂਟੀਨ ਬਣੀ ਹੈ ਨਾ, ਜਦੋਂ ਮੈਂ ਹੁਣ ਪਿੰਡ ਜਾਂਦਾ ਆ, ਮੈਂ ਉੱਥੇ ਜਿਮ ਨੂੰ ਜਿਮ ਦੇ ਵਿੱਚ ਜਾਂਦਾ, ਉੱਥੇ ਯੂਥ ਕਾਫੀ ਹੁੰਦੇ ਆ ਪਰ ਫੈਸਿਲਿਟੀਜ਼ ਨਹੀਂ ਹੈਗੀਆਂ ਉੱਥੇ। ਯੂਥ ਚਾਹੁੰਦੇ ਆ ਕਿ ਅਸੀਂ ਜਿਮ ਲਈਏ, ਅਸੀਂ ਆਪਣੀ ਸਿਹਤ ਦਾ ਖਿਆਲ ਰੱਖੀਏ, ਅਤੇ ਸਿਹਤ ਦੇ ਖਿਆਲ ਦੇ ਨਾਲ ਜਿਹੜਾ ਨਸ਼ਿਆਂ ਦਾ ਕੰਮ ਆ ਇਹ ਵੀ
opposite ho juga, hana? That's right. But when they go to their village or when they're in the fitness place, they don't have any facilities. That's right. So ਇਸ ਸਾਲ ਅਸੀਂ ਪਿੰਡ ਦੇ ਵਿੱਚ ਜਿਮ ਬਣਾਉਣ ਲੱਗੇ ਹਾਂ ਉਹਦੇ ਨਾਲ ਇੱਕ ਲਰਨਿੰਗ ਸੈਂਟਰ ਵੀ ਆਊਗਾ ਵੇਅਰ ਕਿਡਸ ਕੈਨ ਗੋ ਇਨ ਟੂ ਲਰਨ ਟਿਊਸ਼ਨ ਬਟ ਦਾ ਫਿਟਨੈਸ ਐਸਪੈਕਟ ਇਜ਼ ਹਿਊਜ ਬਿਕੋਜ਼ ਜਦੋਂ ਮੈਂ ਉੱਥੇ ਬੱਚਿਆਂ ਨਾਲ ਗੱਲ ਕਰਦਾ ਉਹਨਾਂ ਦਾ ਬਹੁਤ ਹੁੰਦਾ ਕਿ ਅਸੀਂ ਕਰੀਏ ਪਰ ਉਹਨਾਂ ਕੋਲ ਫੈਸਿਲਿਟੀਜ਼ ਨਹੀਂ ਹੁੰਦੀ ਅਤੇ ਸਪੋਰਟ ਨਹੀਂ ਹੁੰਦੀ ਹੁਣ ਸਾਡੇ ਪਿੰਡ ਦੇ ਵਿੱਚ ਵੀ ਸਪੋਰਟ ਰਾਈਟ ਸਾਡੇ ਕੋਲ ਆਪਣੀ ਸਪੋਰਟ ਹੈਗੀ ਪਰ ਜਿਹੜੇ ਬਾਕੀ ਪਿੰਡਾਂ ਦੇ ਵਿੱਚ ਦੇ ਡੋਂਟ ਹੈਵ ਦੈਟ ਮੇਰਾ ਖਿਆਲ ਪੰਜਾਬ ਦੇ ਹਰੇਕ ਪਿੰਡ 'ਚ ਕੋਈ ਨਾ ਕੋਈ ਕਾਮਯਾਬ ਬਿਜ਼ਨਸਮੈਨ ਇਹਨਾਂ ਮੁਲਕਾਂ ਵਿੱਚ ਬੈਠਾ ਔਰ ਸਾਰਿਆਂ ਨੂੰ ਚਾਹੀਦਾ ਹੈ ਕਿ ਜੇ ਤੁਹਾਡੇ ਕੋਲ ਚਾਰ ਐਕਸਟਰਾ ਪੈਸੇ ਬਣ ਗਏ ਆ ਬੈਂਕਾਂ 'ਚ ਪਿਆ ਨੇ ਉਹਨਾਂ ਨੇ ਕੋਈ ਤੁਹਾਡਾ ਸਾਥ ਨਹੀਂ ਦੇਣਾ ਸਹਾਰਾ ਨਹੀਂ ਹੁੰਦਾ ਸੋ ਪਲੀਜ਼ ਕੁਝ ਨਾ ਕੁਝ ਇਹੋ ਜਿਹਾ ਹਰ ਪਿੰਡ ਵਿੱਚ ਮੇਰਾ ਖਿਆਲ ਹੋਣਾ ਚਾਹੀਦਾ ਹੈ ਜ਼ਰੂਰ ਇਹਦੇ ਸੰਬੰਧ ਵਿੱਚ ਕਿਰਨ ਜੀ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਮੇਰਾ ਸਭ ਤੋਂ ਵੱਡਾ ਕਮੈਂਟ ਇਹ ਆ ਕਿ ਇਹ ਜਿਹੜੀ ਸਾਡੇ ਸਾਰਿਆਂ ਦੀ ਮੋਟੀਵੇਸ਼ਨ ਪੈਦਾ ਹੋਈ ਆ ਇਹ ਇਸ ਕਰਕੇ ਪੈਦਾ ਹੋਈ ਆ ਕਿ ਸਾਡੇ ਮੰਮੀ ਡੈਡੀ ਸਤਨਾਮ ਸਿੰਘ ਸੰਧੂ ਅਤੇ ਇਕਬਾਲ ਕੌਰ ਸੰਧੂ ਉਹਨਾਂ ਨੇ ਸਾਨੂੰ ਅੱਜ ਇਸ ਜਗ੍ਹਾ 'ਤੇ ਬਿਠਾਇਆ ਉਹਨਾਂ ਤੋਂ ਜੇ ਉਹ ਸਾਨੂੰ ਇਸ ਗੱਲ ਵਿੱਚ ਮੋਟੀਵੇਟ ਨਾ ਕਰਦੇ ਕਿ ਤੁਸੀਂ ਪੜ੍ਹੋ ਐਂਡ ਕੁਛ ਕਰੋ ਐਂਡ ਇੰਡੀਆ ਵਾਪਸੀ ਜਾ ਕੇ ਆਪਣੀ ਪੜ੍ਹਾਈ ਨੂੰ ਅਪਲਾਈ ਕਰੋ ਅਸੀਂ ਅੱਜ ਇੱਥੇ ਨਹੀਂ ਸੀ ਹੋਣਾ ਸੋ ਆਈ ਰੀਅਲੀ ਵਾਂਟ ਟੂ ਥੈਂਕ ਮਾਈ ਪੇਰੈਂਟਸ ਬਿਕਾਜ਼ ਉਹਨਾਂ ਦਾ ਕਰਕੇ ਹੀ ਅਸੀਂ ਅੱਜ ਐਜ਼ ਏ ਇੰਡੀਵਿਜੁਅਲ ਅਡਲਟ ਹੋ ਕੇ ਪੰਜਾਬ ਵਾਪਸੀ ਜਾ ਕੇ ਕੰਮ ਕਰਦੇ ਹਾਂ ਦੂਜਾ ਪੁਆਇੰਟ ਇਹ ਆ ਕਿ ਮੈਂ ਇਨਕਰੇਜ ਕਰੂੰਗੀ ਕਿ ਜਿਹੜੇ ਵੀ ਇੱਥੇ ਨੌਜਵਾਨ ਬੱਚੇ ਨੇ ਭਾਵੇਂ ਤੁਸੀਂ ਇੱਧਰ ਦੇ ਜੰਪਲ ਆ ਜਿਵੇਂ ਅਸੀਂ ਹਾਂ ਜਾਂ ਤੁਸੀਂ ਇੰਡੀਆ 'ਚ ਜੰਪਲ ਕਰਕੇ ਇੱਥੇ ਆਣ ਕੇ ਆਪਣੀ ਪੜ੍ਹਾਈਆਂ ਕੀਤੀਆਂ ਨੇ ਤੁਸੀਂ ਪੰਜਾਬ ਵਾਪਸੀ ਜਾਓ ਆਪਣੇ ਦੇਸ਼ ਨੂੰ ਆਪਣੇ ਵੱਲੋਂ ਕੁਛ ਦਿਓ ਕਿਉਂਕਿ ਅਸੀਂ ਇਸ ਦੁਨੀਆ 'ਚੋਂ ਨਾ ਹੀ ਪੈਸਾ ਲੈ ਕੇ ਜਾਣਾ ਅਤੇ ਨਾ ਹੀ ਜ਼ਮੀਨ ਜਾਇਦਾਦ ਲੈ ਕੇ ਜਾਵਾਂਗੇ ਸਿਰਫ ਇਹ ਜੋ ਅਸੀਂ ਦੁਨੀਆ ਇਨਸਾਨਾਂ ਨੂੰ ਵਾਪਸੀ ਕੀਤਾ ਔਰ ਕਈ ਘਰਾਂ ਵਿੱਚ ਸੁਣਨ ਅਤੇ ਵੇਖਣ ਵਿੱਚ ਆਉਂਦਾ ਹੈ ਕਿ ਪੇਰੈਂਟਸ ਕਹਿੰਦੇ ਨੇ ਅਸੀਂ ਤਾਂ ਉੱਥੋਂ ਜੀ ਜ਼ਮੀਨ ਵੀ ਵੇਚ ਜਾਂਦੀ ਅਸੀਂ ਘਰ ਵੀ ਵੇਚ ਜਾਂਦਾ ਸਾਡੇ ਬੱਚਿਆਂ ਨੇ ਕਿਹੜਾ ਵਾਪਸ ਜਾਣਾ ਹੈ ਔਰ ਜਦ ਤੱਕ ਤੁਸੀਂ ਉਹਨਾਂ ਨੂੰ ਕਹੋਗੇ ਨਾ ਕੋਈ ਉਹਨਾਂ ਨੂੰ ਮਤਲਬ ਕੋਈ ਐਗਜ਼ਾਮਪਲ ਨਾ ਦਿਓਗੇ ਉਹਨਾਂ ਨੇ ਇਹੀ ਕਹਿਣਾ ਵੀ ਡੈਡ ਵੀ ਡੋਂਟ ਕੇਅਰ ਮੋਢੇ ਮਾਰ ਕੇ ਅਤੇ ਦੂਸਰੇ ਕਮਰੇ ਜਾ ਕੇ ਬਹਿ ਜਾਂਦੇ ਨੇ ਸੋ ਥੋੜ੍ਹੀ ਜਿਹੀ ਕਮਿਊਨੀਕੇਸ਼ਨ ਮੇਰਾ ਖਿਆਲ ਬੜੀ ਜ਼ਰੂਰੀ ਹੈ ਬਾਕੀ ਮੈਂ ਇਹ ਕਹੂੰਗੀ ਕਿ ਜਿਨ੍ਹਾਂ ਨੇ ਵੀ ਸਾਡੇ ਨਾਲ ਇਹਦੇ ਬਾਰੇ ਕੋਈ ਸੰਪਰਕ ਕਰਨਾ ਹੋਵੇ ਗੱਲਬਾਤ ਕਰਨੀ ਹੋਵੇ ਅਸੀਂ ਇਸ ਟਾਈਮ 'ਤੇ ਵੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਨਾਲ ਲਿੰਕ ਰੱਖਦੇ ਹਾਂ ਜਿਨ੍ਹਾਂ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਪੇਸ਼ੈਂਟ ਨੂੰ ਨਸ਼ੇ ਤੋਂ ਛਡਾਉਣਾ ਹੋਵੇ ਉੱਥੇ ਸਾਡੇ ਡੀ ਐਡਿਕਸ਼ਨ ਸੈਂਟਰ ਬਣਿਆ ਆ ਉਹਦੇ ਵਿੱਚ ਮੈਂ ਸਟਾਰਟਿੰਗ ਵਿੱਚ 3 ਸਾਲ ਪਹਿਲਾਂ ਕਾਫੀ ਕੰਮ ਕਰਕੇ ਅਸੀਂ ਇਹ ਐਡਿਕਸ਼ਨ ਸੈਂਟਰ ਖੋਲ੍ਹਿਆ ਆ ਹੋਸਪਿਟਲ ਦੇ ਵਿੱਚ ਹੀ ਉੱਪਰ 4th floor 'ਤੇ ਆ ਐਂਡ ਮੈਂ ਕਹੂੰਗੀ ਕਿ ਤੁਸੀਂ ਸਾਨੂੰ info@punjabidoc.com 'ਤੇ ਈਮੇਲ ਕਰੋ ਅਸੀਂ ਤੁਹਾਡੇ ਨਾਲ ਫੁੱਲ ਕਮਿਊਨੀਕੇਸ਼ਨ ਕਰਾਂਗੇ ਕਿ ਤੁਸੀਂ ਸਾਡੀ ਹੈਲਪ ਕਿੱਦਾਂ ਕਰ ਸਕਦੇ ਹਾਂ ਜੇ ਤੁਹਾਡਾ ਕੋਈ ਪੇਸ਼ੈਂਟ ਆ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਨੀ ਆ ਤੁਸੀਂ ਸਾਨੂੰ ਉਸੇ ਈਮੇਲ 'ਤੇ ਨੋਟੀਫਾਈ ਕਰ ਸਕਦੇ ਹਾਂ ਔਰ ਸਾਡੇ ਸਾਰਿਆਂ ਦੇ ਪੰਜਾਬ ਵਿੱਚ ਰਿਸ਼ਤੇਦਾਰ ਨੇ ਔਰ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈਗੀ ਹੈ ਔਰ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਪੰਜਾਬ ਵਿੱਚ ਇਹੋ ਜਿਹੇ ਪ੍ਰੋਬਲਮ ਵਿੱਚ ਫਸੇ ਹੋਏ ਨੇ ਔਰ ਸਹਾਇਤਾ ਚਾਹੁੰਦੇ ਨੇ ਤੁਸੀਂ ਜੋ ਵੈਬਸਾਈਟ ਆ ਰਹੀ ਆ ਨੰਬਰ ਆ ਰਹੇ ਨੇ ਅਸੀਂ ਇੰਡੀਆ ਦਾ ਨੰਬਰ ਵੀ ਦੇਵਾਂਗੇ ਇੱਥੇ ਤੁਸੀਂ ਕਾਲ ਕਰਕੇ ਜ਼ਰੂਰ ਮਦਦ ਲਵੋ ਕਿਉਂਕਿ ਜੇ ਸਾਡੇ ਅੰਦਰਲੇ ਜਾਂਪਲ ਬੱਚੇ ਇੰਨੀ ਕੋਸ਼ਿਸ਼ ਕਰ ਰਹੇ ਨੇ ਤਾਂ ਮੇਰਾ ਖਿਆਲ ਉਹਦਾ ਕੁਝ ਨਾ ਕੁਝ ਲਾਭ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਜੋ ਸਾਡੇ ਰਿਸ਼ਤੇਦਾਰ ਪੰਜਾਬ ਵਿੱਚ ਨੇ ਕਿਰਨ ਜੀ ਸ਼ਰਨਜੀਤ ਜੀ ਔਰ ਹਰਸਿਮਰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਲਈ ਔਰ ਤੁਸੀਂ ਜਾਣ ਤੋਂ ਪਹਿਲਾਂ ਆਪਣੇ ਵੱਲੋਂ ਹੋਰ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਐਕਚੁਲੀ ਮੈਂ ਕੁਛ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੀ ਸੀਗੀ ਖਾਸ ਕਰ ਇੱਕ ਅਪਕਮਿੰਗ ਪ੍ਰੋਜੈਕਟ ਦੇ ਬਾਰੇ ਜਿਹੜੀ ਕਿ ਆਪਣੇ ਟੋਰਾਂਟੋ ਦੇ ਵਿੱਚ ਵੀ ਔਰਗਨਾਈਜੇਸ਼ਨ ਰਜਿਸਟਰਡ ਹੈ ਸਹਾਇਤਾ ਔਰਗਨਾਈਜੇਸ਼ਨ ਇਹ ਔਰਗਨਾਈਜੇਸ਼ਨ ਇੱਕ 100% ਵਾਲੰਟੀਅਰ ਬੇਸਡ ਔਰਗਨਾਈਜੇਸ਼ਨ ਹੈ ਅਤੇ ਖਾਸ ਕਰ ਬੱਚਿਆਂ 'ਤੇ ਫੋਕਸ ਕਰਦੇ ਨੇ ਔਰ ਇੱਕ ਦੂਸਰੀ ਗੱਲ ਕਿ ਆਈ ਸਰਜਰੀਜ਼ 'ਤੇ ਸੋ ਅੱਜ ਮੈਂ ਉਹਦੇ ਬਾਰੇ ਕੁਛ ਇਨਫੋਰਮੇਸ਼ਨ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਸਹਾਇਤਾ ਇਜ਼ ਅ ਬਿਊਟੀਫੁਲ ਵੰਡਰਫੁਲ ਔਰਗਨਾਈਜੇਸ਼ਨ ਇਹਨਾਂ ਦੀ ਪੂਰੀ 100% ਵਾਲੰਟੀਅਰ ਬੇਸਡ ਸੋ ਜਿਹੜੇ ਵੀ ਇਹਨਾਂ ਨੂੰ ਡੋਨੇਸ਼ਨਸ ਆਉਂਦੇ ਨੇ 100% ਆਫ ਦੈਮ ਆਰ ਆਲਮੋਸਟ ਗੋਇੰਗ ਟੂਵਰਡਸ ਦ ਚਿਲਡਰਨ ਸੋ ਇਹਨਾਂ ਨੇ ਐਕਚੁਲੀ ਆਪਣੇ ਲੁਧਿਆਣੇ ਦੇ ਵਿੱਚ ਔਰਫਨੇਜਸ ਖੁੱਲ੍ਹੀਆਂ ਹੋਈਆਂ ਨੇ ਵਨ ਆਫ ਦੈਮ ਇਜ਼ ਬਾਲ ਭਵਨ ਇਹਦੇ ਵਿੱਚ ਜਿਹੜੇ ਬੱਚੇ ਆਉਂਦੇ ਨੇ ਜਾਂ ਫਿਰ ਐਗਜ਼ਾਮਪਲ ਕਿ ਕਿਸੇ ਨੂੰ ਕੋਈ ਬੇਬੀ ਹੁੰਦਾ ਹੈ ਬਟ ਦੇ ਡੋਂਟ ਵਾਂਟ ਦ ਬੇਬੀ ਸੋ ਦੇ ਲੀਵ ਦ ਬੇਬੀ ਐਟ ਦ ਔਰਫਨੇਜ ਜਿੱਥੇ ਕਿ ਪਹਿਲਾਂ ਉਸ ਏਰੀਆ ਦੇ ਵਿੱਚ ਕੋਈ ਜਗ੍ਹਾ ਨਹੀਂ ਸੀ ਇਹੋ ਜਿਹੀ ਹੁੰਦੀ ਬੱਚੇ ਜਿਹੜੇ ਔਨ ਦ ਸਟਰੀਟ ਰਹਿੰਦੇ ਨੇ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ ਕਿਡਸ ਨੂੰ ਸੋ ਦੇ ਬ੍ਰਿੰਗ ਦੈਮ ਟੂ ਦ ਔਰਫਨੇਜ ਸੋ
ਇਹ ਜਿਹੜੀ ਔਰਗਨਾਈਜੇਸ਼ਨ ਹੈ ਬਿਸਾਈਡਸ ਦ ਬ੍ਰਿੰਗਿੰਗ ਦ ਕਿਡਸ ਟੂ ਦ ਔਰਫਨੇਜ ਔਰਗਨਾਈਜੇਸ਼ਨ ਸਹਾਇਤਾ ਦੇ ਟੇਕ ਦ ਰਿਸਪੋਂਸੀਬਿਲਿਟੀ ਕਿ ਬੱਚਿਆਂ ਨੂੰ ਐਜੂਕੇਟ ਕਰਨਾ ਉਹਨਾਂ ਨੂੰ ਉੱਥੇ ਹਾਊਸ ਕਰਨਾ ਇਹ ਸਾਰੀ ਔਰਗਨਾਈਜੇਸ਼ਨ ਦੀ ਫਿਰ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ ਸੋ ਅਨਦਰ ਥਿੰਗ ਇਜ਼ ਕਿ ਸਹਾਇਤਾ ਇਜ਼ ਅ ਰੀਲੀ ਬਿਗ ਇਨ ਆਈ ਸਰਜਰੀਜ਼ ਸੋ ਦੇ ਪ੍ਰੋਵਾਈਡ ਫਰੀ ਆਈ ਸਰਜਰੀਜ਼ ਫੋਰ ਪੀਪਲ ਹੂ ਆਰ ਇਨ ਨੀਡ ਜੇ ਕਿਸੇ ਦੇ ਕੋਲ ਕੋਈ ਅਫੋਰਡ ਨਹੀਂ ਕਰ ਸਕਦਾ ਬਟ ਉਹਨਾਂ ਨੂੰ ਵਿਜ਼ਨ ਵਿੱਚ ਪ੍ਰੋਬਲਮ ਆ ਔਰ ਉਹਨਾਂ ਨੂੰ ਆਈ ਸਰਜਰੀ ਚਾਹੀਦੀ ਹੈ ਸੋ ਆਪਣੇ ਕੰਟੈਕਟਸ ਲੁਧਿਆਣੇ ਵਿੱਚ ਹੈ ਔਰ ਉਹ ਇਹ ਆਈ ਸਰਜਰੀਜ਼ ਫਰੀ ਦੀਆਂ ਕਰਦੇ ਨੇ ਸੋ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈ ਕਿ ਸਾਡੀ ਕਮਿਊਨਿਟੀ ਨੂੰ ਪਤਾ ਹੋਵੇ ਉਹ ਕਿਸੇ ਨੂੰ ਜਾਣਦੇ ਹੋਣ ਜਾਂ ਦੇ ਸੀ ਸਮਬਡੀ ਹੂ ਨੀਡਸ ਇਟ ਔਰ ਐਨੀ ਚਿਲਡਰਨ ਹੂ ਨੀਡ ਅ ਪਲੇਸ ਦੈਨ ਦੇ ਸ਼ੁਡ ਕੰਟੈਕਟ ਸਹਾਇਤਾ ਔਰਗਨਾਈਜੇਸ਼ਨ I think one of the biggest things is that getting the information out, getting the awareness about all of these organizations is very critical. Exactly. Because they need the support so that they can support other entities like the children or like the elderly people who need eye surgeries or anybody who needs it. So a couple of things more about Sahata. It's actually was started in about 2005 and it began in California, but they have chapters across Canada as well. Mm-hmm. And then in India, they support a lot of different things. For example, they have the orphanages, but they also support jidan Jammu Kashmir de vich flooding vagara hoyi sigi utthe vi Sahata ne hun two schools nu sponsor kita kisan ko jaisi images yes hanji hanji so utthe vi Sahata ne two schools di sponsorship kiti hoyi hai so also eh educationally bachcha nu sponsor karde ne agar koi bachcha apne region de vich padhna chahunda hai but afford nahi kar sakde fir Sahata apni puri pehlon jankari us case bare lende ne so it's not ki jidda ekdam koi donations aande ne aur Sahata ne ekdam hi de dene ne funds it's not like that puri information lende ne puri research hundi hai case de bare so us ton baad hi oh directly fir school nu funding denge aur fir child nu follow karde ne ki bachcha school janda hai aur funding directly school nu jandi hai so that there is no mistake ke paise kithe ja rahe ne ji so I think eh jo organizations jehde ke bahut organized ne aur paise really source to need nu ja rahe ne so we should really recognize that if anybody needs more information about Sahata you can visit them online at www.sahata.org and there's a lot of information on there as well bahut khoob aur ummeed hai sade darshakan nu ajj di gal baat pasand aayi hovegi eh ho jaiyan jo organizations ne inna da sanu saath dena chahida hai aur ਥੋੜ੍ਹਾ ਥੋੜ੍ਹਾ ਕਰਕੇ ਹੀ ਜਿਵੇਂ ਕਹਿੰਦੇ ਨੇ ਤੁੱਕਾ ਤੁੱਕਾ ਕਰਕੇ ਸਮੁੰਦਰ ਭਰਦਾ ਹੈ ਜੇ ਅਸੀਂ ਥੋੜ੍ਹੀ ਥੋੜ੍ਹੀ ਹਿੰਮਤ ਸ਼ੁਰੂ ਕਰੀਏ ਇਹੋ ਜਿਹੀਆਂ ਜੋ ਬੁਰਿਆਈਆਂ ਨੇ ਸਾਡੇ ਸਮਾਜ ਵਿੱਚ ਅਸੀਂ ਇਹਨਾਂ 'ਤੇ ਕਾਬੂ ਪਾ ਸਕਦੇ ਹਾਂ ਔਰ ਖਾਸ ਕਰਕੇ ਅੱਜ ਦੀ ਏਜ ਵਿੱਚ ਅੱਜ ਦੇ ਟਾਈਮ ਵਿੱਚ ਇਹਨਾਂ ਗੱਲਾਂ ਦੀ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਦੀ ਆਪ ਸਭ ਦਾ ਜੋ ਇੰਨਾ ਤੁਸੀਂ ਅੱਛਾ ਉੱਦਮ ਕਰ ਰਹੇ ਹੋ ਔਰ ਮੈਂ ਚਾਹੁੰਦਾ ਕਿ ਮਹਾਰਾਜ ਤੁਹਾਨੂੰ ਹੋਰ ਸ਼ਕਤੀ ਦੇਵੇ ਅਤੇ ਤੁਸੀਂ ਅੱਛਾ ਕੰਮ ਕਰਦੇ ਰਹੋ ਪੰਜਾਬੀ ਸਟਾਈਲ ਪੀਜ਼ਾ ਖਾਣ ਨੂੰ ਜਦੋਂ ਵੀ ਦਿਲ ਕਰੇ ਤਾਂ ਇੱਕ ਨਾਮ ਯਾਦ ਰੱਖੋ ਪੀਜ਼ਾ ਸਪੈਸ਼ਲਾਈਜ਼ ਕਰਦੇ ਹਨ ਇੰਡੀਅਨ ਸਟਾਈਲ ਵੈਜੀ ਪੀਜ਼ਾ ਤੇ ਮੀਟ ਲਵਰਸ ਲਈ ਸਪੈਸ਼ਲ ਕੈਨੇਡੀਅਨ ਸਟਾਈਲ ਪੀਜ਼ਾ ਬ੍ਰੈਂਪਟਨ ਤੇ ਮਿਸਿਸਾਗਾ ਵਿੱਚ 7 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦਾ ਹੈ ਡਿਲੀਵਰੀ ਜਾਂ ਪਿਕਅਪ ਲਈ ਫੋਨ ਕਰੋ 9057922700 ਟਰੱਕ ਡਰਾਈਵਰ ਵੀਰਾਂ ਲਈ ਖੁਸ਼ਖਬਰੀ ਹੁਣ ਤੁਹਾਡੀ ਸੇਵਾ ਲਈ ਹਾਜ਼ਰ ਹੈ ਟਰੱਕ ਵਰਲਡ MCI ਕੈਨੇਡਾ US ਅਥਾਰਟੀਜ਼ ਅਤੇ ਪਰਮਿਟਸ ਡਰੱਗ ਐਲਕੋਹਲ ਟੈਸਟਿੰਗ ਕੰਪਨੀ ਇਨਕਾਰਪੋਰੇਟ ਰਜਿਸਟ੍ਰੇਸ਼ਨ ਕਿਊਬੈਕ ਪਰਮਿਟਸ IRP PRP ਪਲੇਟਸ ਫਿਊਲ ਟੈਕਸ ਕੈਨੇਡਾ ਅਤੇ USA 9053620325 Truck World MCI Criminal Real Estate Family ਤੇ Civil Litigation ਵਰਗੇ ਕਾਨੂੰਨਾਂ ਦੀ ਸਲਾਹ ਤੇ ਸਹੀ ਮਸ਼ਵਰੇ ਲਈ ਰੰਦਾਵਾ ਐਂਡ ਐਸੋਸੀਏਟਸ ਨੂੰ ਯਾਦ ਰੱਖੋ KP ਰੰਦਾਵਾ ਜਾਂ ਪੌਲ ਰੰਦਾਵਾ ਨੂੰ ਅੱਜ ਹੀ ਫੋਨ ਕਰੋ 4167404400 Real Estate ਦੀ ਕਿਸੇ ਵੀ ਤਰ੍ਹਾਂ ਦੀ ਡੀਲ ਵਾਸਤੇ ਹੋਮ ਲਾਈਫ ਸੁਪਰਸਟਾਰ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ To join the team, call Paul Randhawa, 416-740-4000. ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਲਈ ਜਾਂ ਵੇਚਣ ਲਈ ਇੱਕ ਐਕਸਪੀਰੀਅੰਸ ਰੀਐਲਟਰ ਦੀ ਭਾਲ ਵਿੱਚ ਹੋ ਤਾਂ ਇੱਕ ਨਾਮ ਹੈ ਪਾਲ ਸੰਧੂ ਜੋ ਕਿ ਰੀਮੈਕਸ ਗੋਲਡ ਨਾਲ ਕੰਮ ਕਰਦੇ ਨੇ ਕਾਲ ਕਰੋ 416-888-1012 416-888-1012 7160 ਏਅਰਪੋਰਟ ਰੋਡ ਮਾਲਟਨ ਵਿੱਚ ਰਾਣਾ ਜੂਲਰਸ ਤੇ ਮੇਲਾ ਲੱਗਾ ਰਹਿੰਦਾ ਹੈ ਉਸ ਦੀ ਵਜ੍ਹਾ ਇਹ ਹੈ ਕਿ ਇੱਥੇ 22 ਕੈਰਟ ਦੇ ਗਹਿਣੇ ਸੋਨੇ ਦੇ ਸੈੱਟ ਵੰਗਾਂ ਕੰਗਣ ਡਾਇਮੰਡ ਦੀ ਜੂਲਰੀ ਬਹੁਤ ਹੀ ਵੱਖਰੇ ਵੱਖਰੇ ਤੇ ਨਵੇਂ ਨਵੇਂ ਡਿਜ਼ਾਈਨਸ ਵਿੱਚ ਮਿਲਦੀ ਹੈ ਜੋ ਵੀ ਇੱਕ ਵਾਰ ਆਉਂਦਾ ਹੈ ਬਾਰ ਬਾਰ ਆਉਂਦਾ ਹੈ ਅੱਜ ਹੀ ਪਹੁੰਚੋ ਰਾਣਾ ਜੂਲਰਸ ਤੇ 7160 ਏਅਰਪੋਰਟ ਰੋਡ ਇਨ ਮਾਲਟਨ ਕਾਲ ਰਜਿੰਦਰ ਮੰਜਾਨੀਆ ਔਰ ਵਿਨੋਦ ਮੰਜਾਨੀਆ 9056727207
ਹਾਂ ਜੀ, ਇਨਵੈਸਟਮੈਂਟ ਦੀ ਪਲੈਨਿੰਗ ਕਰਦੇ ਪਏ ਹੋ ਤਾਂ ਸੁਣੋ ਧਿਆਨ ਨਾਲ। ਰੀਮੈਕਸ ਗੋਲਡ ਦੇ ਗੋਡੀ ਖੁੰਮਣ ਦਾ ਮਿਸੀਸਾਗਾ ਵਿੱਚ ਇੱਕ ਜ਼ਬਰਦਸਤ ਪ੍ਰਾਈਮ ਲੋਕੇਸ਼ਨ ਵਿੱਚ ਇਨਵੈਸਟਮੈਂਟ ਦਾ ਧਮਾਕਾ। ਪੇਸ਼ ਹੈ ਸ਼ਾਪ ਸੈਟਗਲਿੰਟਨ ਇਨ ਐਰਨ ਮਿਲਸ, ਕ੍ਰੈਡਿਟ ਵੈਲੀ ਹਸਪੀਟਲ ਤੋਂ ਥੋੜਾ ਜਿਹਾ ਨੇੜੇ। 2 ਲੱਖ ਸਕੁਏਅਰ ਫੀਟ ਤੋਂ ਵੀ ਜ਼ਿਆਦਾ ਦੀ ਅਲਟਰਾ ਮਾਡਰਨ ਰੀਟੇਲ ਤੇ ਆਫਿਸ ਸਪੇਸ ਇਜ਼ ਨਾਉ ਔਨ ਸੇਲ। ਸ਼ਾਪ ਸੈਟਗਲਿੰਟਨ ਬ੍ਰੌਟ ਟੂ ਯੂ ਬਾਈ ਗੋਰੀ ਖੁੰਮਣ ਆਫ ਰੀਮੈਕਸ ਗੋਲਡ ਰਿਐਲਟੀ। 905-673-8500। ਵੈਲਕਮ ਟੂ ਪੰਜਾਬੀ ਬਾਈ ਨੇਚਰ। ਜੀ ਹਾਂ, ਪੰਜਾਬੀ ਬਾਈ ਨੇਚਰ ਤੇ ਤੁਸੀਂ ਹਰ ਤਰ੍ਹਾਂ ਦੇ ਪੰਜਾਬੀ ਤੇ ਭਾਰਤੀ ਖਾਣੇ ਦਾ ਸਵਾਦ ਮਾਣ ਸਕਦੇ ਹੋ। ਪੰਜਾਬੀ ਬਾਈ ਨੇਚਰ ਤੇ ਆ ਕੇ ਸਿੱਟ ਡਾਊਨ ਡਿਨਰ ਕਰੋ ਜਾਂ ਟੇਕ ਆਊਟ ਕਰੋ ਜਾਂ ਫਿਰ ਕੇਟਰਿੰਗ ਕਰਵਾਓ 905-794-4667। JK Auto Electric. Call Joga Kang at 416-741-0000. JK Auto Electric. ਕਿਸੇ ਤਰ੍ਹਾਂ ਦੀ ਵੀ ਕਾਨੂੰਨੀ ਉਲਝਣ ਵਿੱਚ ਫਸੇ ਹੋ ਜਾਂ ਤੁਹਾਨੂੰ ਕੋਈ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਸਵਾਲ ਨੇ, ਵਕੀਲ ਪਰਵਿੰਦਰ ਸੌਨ ਨੂੰ ਫੋਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਤਾ ਪ੍ਰਤੀ ਜਿਵੇਂ ਸੁਸਾਇਟੀ ਦੇ ਵਿੱਚੋਂ ਮੁਸਲਸਲ ਵੱਖਰੇ ਵੱਖਰੇ ਮੁੱਦਿਆਂ ਬਾਰੇ ਬਾਤ ਹੁੰਦੀ ਹੈ, ਉਹਨਾਂ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਜ਼ਿਆਦਾ ਚਿੰਤਾਜਨਕ ਮੁੱਦਾ ਉਹੀ ਹੈ ਕਿ ਸਾਡਾ ਜੋ ਲੇਡੀਜ਼ ਦੇ ਪ੍ਰਤੀ, ਇਸਤਰੀਆਂ ਦੇ ਪ੍ਰਤੀ, ਔਰਤਾਂ ਦੇ ਪ੍ਰਤੀ ਰਵੱਈਆ ਹੈ ਉਹ ਅਜੇ ਵੀ ਉਸ ਤਰੀਕੇ ਨਾਲ ਹੈ ਕਿ ਜਿਵੇਂ ਅਸੀਂ ਕਿਸੇ ਮੈਡੀਵਲ ਪੀਰੀਅਡ ਵਿੱਚ ਰਹਿ ਰਹੇ ਹੋਈਏ ਜਾਂ ਅਸੀਂ ਜੇ ਕਿਤੇ ਉਸ ਕਿਸਮ ਦੀ ਸੋਚ ਜਾਂ ਗਿਆਨ ਦੇ ਨਾਲ ਪ੍ਰਣਾਏ ਹਾਂ ਜਿਹਦੇ ਤਹਿਤ ਸਾਨੂੰ ਇਹ ਪਤਾ ਹੀ ਨਹੀਂ ਕਿ ਮਨੁੱਖ ਨੂੰ ਮਨੁੱਖ ਕਿਸ ਰੂਪ ਦੇ ਵਿੱਚ ਪ੍ਰਵਾਨ ਕਰਨਾ ਹੈ। ਈਵਨ ਅਸੀਂ ਤਾਂ ਬੜੇ ਮਾਣ ਦੇ ਨਾਲ ਇੱਥੋਂ ਦੇ ਵੱਖਰੇ ਵੱਖਰੇ ਵਿੱਦਿਅਕ ਅਦਾਰਿਆਂ ਦੇ ਵਿੱਚ ਅਸੀਂ ਬਾਤ ਪੇਸ਼ ਕੀਤੀ ਕਿ ਜੇ ਤੁਸੀਂ ਰਿਲੀਜੀਅਸ ਪ੍ਰਸਪੈਕਟਿਵ ਤੋਂ ਰਿਲੀਜੀਅਸ ਪੁਆਇੰਟ ਆਫ ਵਿਊ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੇ ਰੂਹਾਨੀ ਤੌਰ 'ਤੇ ਜਿਨ੍ਹਾਂ ਨੇ ਮਨੁੱਖ ਨੂੰ ਮਨੁੱਖ ਕਰਕੇ ਜਾਤਣ ਦੀ ਬਾਤ ਕੀਤੀ, ਜਿੱਥੇ ਹੋਰ 'ਤੇ ਬਾਤ ਛੱਡੋ ਕਿਸੇ ਕਿਸਮ ਦਾ ਜੈਂਡਰ ਲੈਵਲ 'ਤੇ ਵੀ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਗਿਆ, ਉਹਨਾਂ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਅਤੇ ਸਾਡੇ ਸਮੁੱਚੇ ਗੁਰਬਾਣੀ ਗਿਆਨ ਅਤੇ ਖਾਲਸਾਈ ਸੋਚ ਦਾ ਜਿਹੜਾ ਨਾਂ ਪਹਿਲੇ ਪੜਾਅ ਵਿੱਚ ਆਉਂਦਾ ਹੈਗਾ। ਇਹਦੇ ਪ੍ਰਤੀ ਅਸੀਂ ਪੜ੍ਹੀ ਜਾ ਰਹੇ ਹਾਂ ਹਰ ਰੋਜ਼, ਆਸਾ ਕੀ ਵਾਰ ਦੇ ਅੰਦਰ ਕਹਿ ਰਹੇ ਹਾਂ ਵੀ ਭੰਡ ਜੰਮੀ ਆ, ਭੰਡ ਨਿਮੀ ਆ, ਭੰਡ ਮੰਗਣ ਵੇ ਆਹੋ, ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ, ਭੰਡ ਮੂਆ, ਭੰਡ ਪਾਲੀ ਹੈ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਪਰ ਇਹਦੇ ਲਈ ਇਤਨੀ ਕੁ ਇਲਤਜ਼ਾਹ ਹੈ ਜੇ ਅਸੀਂ ਇਹਨੂੰ ਪ੍ਰੈਕਟੀਕਲੀ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਉਂਦੇ। ਨੋ ਡਾਊਟ ਕਿਸੇ ਵੀ ਘਰ ਦੇ ਵਿੱਚ ਕਿਸੇ ਕਿਸਮ ਦਾ ਕੌਨਫਲਿਕਸ਼ਨ ਹੋਣਾ, ਕਿਸੇ ਕਿਸਮ ਦਾ ਡਿਸਪਿਊਟ ਹੋਣਾ, ਕਿਸੇ ਕਿਸਮ ਦੀ ਆਰਗੂਮੈਂਟਸ ਹੋਣੀ ਆਪਸ ਦੇ ਵਿੱਚ ਇੱਕ ਰਿਸ਼ਤੇ ਦਾ, ਜੀਵਨ ਦਾ ਲਾਜ਼ਮੀ ਅਤੇ ਜੀਵੰਤ ਹਿੱਸਾ ਹੈ। ਪਰ ਇਸ ਆਰਗੂਮੈਂਟ ਨੂੰ, ਇਸ ਚੀਜ਼ ਨੂੰ ਅਸੀਂ ਵਾਇਲੈਂਟ ਵਿੱਚ ਕਨਵਰਟ ਕਰਕੇ ਅਤੇ ਖਾਸ ਤੌਰ 'ਤੇ ਔਰਤਾਨਾ ਜਿਹੜਾ ਸਾਡੇ ਪਰਿਵਾਰ ਦਾ, ਸਾਡੇ ਸਮਾਜ ਦਾ ਹਿੱਸਾ ਹੈ ਉਸ ਨੂੰ ਅਸੀਂ ਐਬਿਊਜ਼ ਕਰੀਏ ਜਾਂ ਉਹਨੂੰ ਅਸੀਂ ਮਾਰਨ ਕੁੱਟਣ ਵਾਲੇ ਪਾਸੇ ਜਾਈਏ, ਇਹ ਕਿਸੇ ਵੀ ਜਗ੍ਹਾ 'ਤੇ ਪ੍ਰਵਾਨ ਨਹੀਂ ਹੈਗਾ ਅਤੇ ਸਾਡੇ ਘਰ 'ਤੇ ਬਿਲਕੁਲ ਹੀ ਨਹੀਂ ਹੈਗਾ। ਜਦੋਂ ਅਸੀਂ ਇਸ ਕੈਨੇਡੀਅਨ ਇਨਵਾਇਰਮੈਂਟ ਵਿੱਚ ਰਹਿ ਰਹੇ ਹਾਂ, ਇੱਥੇ ਸੁਸਾਇਟੀ ਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਔਰਤ ਮਰਦ ਨੂੰ ਹਕੂਕ ਬਰਾਬਰ ਕੀਤੇ ਗਏ ਨੇ, ਅਤੇ ਮੈਂ ਸਮਝਦਾ ਜੋ ਸਾਡੀ ਵਿਚਾਰਧਾਰਾ ਹੈ ਉਸ ਵਿਚਾਰਧਾਰਾ ਦੇ ਬਰਾਬਰ ਹੀ ਇਹ ਚੀਜ਼ ਆ ਰਹੀ ਹੈ, ਉਹਦੇ ਪੈਰਲਰ ਚੱਲ ਰਹੀ ਹੈ ਸਾਡੇ ਕੋਲ। ਅਤੇ ਜੇ ਅਸੀਂ ਕਹੀਏ ਕਿ ਦੋਵੇਂ ਟਰੈਕ ਜਿਹੜੇ ਨੇ ਬਿਲਕੁਲ ਪੈਰਲਰ ਆ ਰਹੇ ਨੇ, ਇੱਕ ਟਰੈਕ ਸਾਡੀ ਸਿੱਖੀ ਸਕੂਲ ਆਫ ਥੋਟ ਵਿੱਚੋਂ, ਸਾਡੀ ਉਸ ਵਿਚਾਰਧਾਰਾ ਵਿੱਚੋਂ, ਅਤੇ ਦੂਸਰਾ ਟਰੈਕ ਜਿਹੜਾ ਸਕੈਨੇਡੀਅਨ ਕਦਰਾਂ ਕੀਮਤਾਂ ਦੇ ਵਿੱਚੋਂ ਆ ਰਿਹਾ ਹੈ, ਦੋਵੇਂ ਬਰਾਬਰ ਜਾ ਰਹੇ ਨੇ ਅਤੇ ਉਸ ਪਾਸੇ ਜਾ ਰਹੇ ਨੇ ਜਿੱਥੇ ਮਨੁੱਖੀ ਕਦਰਾਂ ਕੀਮਤਾਂ ਦੀ ਜਿਹੜੀ ਹੈ ਗੱਲਬਾਤ ਹੋਏ, ਜਿੱਥੇ ਮਨੁੱਖ ਨੂੰ ਸਤਿਕਾਰ ਦੇਣ ਦੀ ਬਾਤ ਹੋਏ, ਜਿੱਥੇ ਪਰਿਵਾਰਕ ਅਤੇ ਸਮਾਜਿਕ ਮਾਹੌਲ ਦੇ ਵਿੱਚ ਬਰਾਬਰੀ ਦੀ ਬਾਤ ਹੋਏ। ਸਾਨੂੰ ਇਸ ਚੀਜ਼ ਨੂੰ ਜ਼ਰੂਰ ਪਰ ਜ਼ਰੂਰ ਆਪਣੀ ਨਜ਼ਰ ਵਿੱਚ ਰੱਖਣਾ ਚਾਹੀਦਾ ਹੈ, ਅਤੇ ਖਾਸ ਕਰਕੇ ਫਿਰ ਇੱਕ ਵਾਰ ਇਲਤਜ਼ਾਹ ਹੈ ਕਿ ਜਦੋਂ ਅਸੀਂ ਕਿਸੇ ਕਿਸਮ ਦੀ ਘਰ ਦੇ ਵਿੱਚ ਕੋਈ ਵਾਇਲੈਂਸ ਜਾਂ ਕੋਈ ਕਿਸੇ ਕਿਸਮ ਦੀ ਲੜਾਈ ਜਾਂ ਹਿੰਸਾ ਵਾਲਾ ਰਾਹ ਅਪਣਾ ਕੇ ਅਤੇ ਅਸੀਂ ਪਰਿਵਾਰ ਦੇ ਮਾਹੌਲ ਨੂੰ ਗੰਦਲਾ ਕਰਦੇ ਹਾਂ, ਅਤੇ ਔਰਤ ਦੇ ਜਿਹੜਾ ਉਹਦਾ ਬਣਦਾ ਸਰਦਾ ਸਤਿਕਾਰ ਹੈ ਉਹਨੂੰ ਦੇਣ ਵਾਸਤੇ ਅਗਰਸਰ ਨਹੀਂ ਹੁੰਦੇ, ਅਸੀਂ ਨਾ ਸਿਰਫ ਕਾਨੂੰਨੀ ਤੌਰ 'ਤੇ ਇਸ ਮੁਲਕ ਜਾਂ ਇਸ ਮਾਹੌਲ ਦੇ ਵਿੱਚ ਇੱਕ ਅਪਰਾਧੀ ਦੀ ਸ਼੍ਰੇਣੀ ਵਿੱਚ ਆਉਂਦੇ ਹਾਂ, ਬਲਕਿ ਅਸੀਂ ਰੂਹਾਨੀ ਅਤੇ ਆਤਮਕ ਤੌਰ 'ਤੇ ਪਾਪੀ ਦੀ ਸ਼੍ਰੇਣੀ ਵਿੱਚ ਆਉਂਦੇ ਹਾਂ। ਸੋ ਇਹੋ ਜਿਹੀ ਪਾਪ ਬਿਰਤੀ, ਇਹੋ ਜਿਹੀ ਅਲਾਮਤ ਤੋਂ ਦੂਰ ਰਹੀਏ, ਪਰਿਵਾਰਕ ਮਾਹੌਲ ਚੰਗੇਰਾ ਉਸਾਰੀਏ, ਇਹਦੇ ਵਾਸਤੇ ਫਿਰ ਦੁਬਾਰਾ ਗੁਰਬਾਣੀ ਆਗੋਸ਼, ਗੁਰਬਾਣੀ ਗਿਆਨ ਵਾਲੇ ਪਾਸੇ ਪਰਤੀਏ ਉਹਨਾਂ ਆਪਣੇ ਪੁਰਖਿਆਂ, ਉਹਨਾਂ ਆਪਣੇ ਬਜ਼ੁਰਗਾਂ ਦੀਆਂ ਸਿੱਖਿਆਵਾਂ ਵੱਲ, ਜਿਨ੍ਹਾਂ ਨੇ ਅੱਜ ਤੋਂ ਸੈਂਕੜੇ ਵਰੇ ਪਹਿਲਾਂ, ਜਦੋਂ ਇਸ ਸਮਾਜ ਵਿੱਚ ਸ਼ਾਇਦ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਅਜੇ ਕਰਨ ਦਾ ਨਾ ਮਾਹੌਲ ਬਣਿਆ ਸੀ ਅਤੇ ਨਾ ਕਿਸੇ ਨੂੰ ਚਿੱਤ ਚੇਤਾ ਵੀ ਸੀ ਵੀ ਇਸ ਰੂਪ ਵਿੱਚ ਵੀ ਔਰਤ ਨੂੰ ਬਰਾਬਰੀ ਦੇ ਹਕੂਕ ਵਿੱਚ ਲਿਆ ਜਾ ਸਕਦਾ ਹੈ, ਜਿਨ੍ਹਾਂ ਨੇ ਉਸ ਵਕਤ ਇਹੋ ਜਿਹੀਆਂ ਜਿਹੜੀਆਂ ਨੇ ਸੁੰਦਰ ਇਗਜ਼ਾਮਪਲ, ਸੁੰਦਰ ਉਦਾਹਰਨਾਂ, ਸੁੰਦਰ ਇੱਕ ਮਿਸਾਲਾਂ ਸਾਡੇ ਵਾਸਤੇ ਕਾਇਮ ਕੀਤੀ
ਦਿੱਤੀਆਂ ਸਾਨੂੰ ਉਹਨਾਂ ਦੇ ਵਾਸਤੇ ਉਹਨਾਂ ਵੱਲ ਵੇਖ ਕੇ ਉਹਨਾਂ ਦੇ ਦਿੱਤੀਆਂ ਹੋਈਆਂ ਮਿਸਾਲਾਂ ਜੀਵਨ ਦੇ ਪੂਰਨਿਆਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰਨਾ ਚਾਹੀਦਾ ਹੈਗਾ। ਇਤਨੀ ਕੁ ਇਲਤਜ਼ਾਅ ਦੇ ਨਾਲ ਮਾਫ਼ੀ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।